सब्सक्राइब करो NC7 न्यूज नु ते लेटेस्ट अपडेट पाउन ले प्रेस करो बेल आइकन। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਹੀਂ ਬੈਠਣ ਦਿੱਤਾ ਗਿਆ। ਸੀਐਮ ਦੇ ਸੁਰੱਖਿਆ ਅਫਸਰ ਨੇ ਗੱਡੀ ਵਿੱਚ ਬੈਠਣ ਤੋਂ ਰੋਕਿਆ। ਇਹ ਮੁਕਤਸਰ ਦੇ ਮੋਹਲਾ ਪਿੰਡ ਦੀ ਘਟਨਾ ਹੈ। ਜਲਾਲਾਬਾਦ ਰੋਡ ਸ਼ੋਅ ਲਈ ਸੀਐਮ ਦੇ ਕਾਫਲਾ ਜਾ ਰਿਹਾ ਸੀ। ਇਸ ਦੌਰਾਨ ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। आपकी बात हमको जाए यार, तुम बस दिस इज वेरी बैड टू बी रॉन्ग। बस तक आ जाओ, बस तक आओ, बस में बैठ जाओ। सरकारी अपनी बात अपनी गाड़ी लगा दो। आप जरा बोलेंगे, मैं बता रहा हूँ। गाड़ी चलो अच्छा हो। आपकी बात हमको जाए यार, तुम बस दिस इज वेरी बैड टू बी रॉन्ग। बस तक आ जाओ, बस तक आओ, बस में बैठ जाओ। बड़ी सरकारी अपनी बात अपनी गाड़ी लगा दो। आप जरा बोलेंगे, मैं बता रहा हूँ। गाड़ी गाड़ी बोल ਵੋਟਰਾਂ ਨੂੰ ਲਭਾਉਣ ਲਈ ਉਮੀਦਵਾਰਾਂ ਨੂੰ ਕਈ ਤਰ੍ਹਾਂ ਦੇ ਪਾਪੜ ਵੇਚਣੇ ਪੈਂਦੇ ਨੇ। ਅਜਿਹਾ ਹੀ ਕੁਝ ਫਗਵਾੜਾ ਚ ਕੀਤੀ ਗਈ ਰੈਲੀ ਚ ਦੇਖਣ ਨੂੰ ਮਿਲਿਆ, ਜਿੱਥੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਮਸ਼ਹੂਰ ਭੋਜਪੁਰੀ ਗਾਇਕਾ ਖੁਸ਼ਬੂ ਤਿਵਾੜੀ ਦੇ ਠੁਮਕੇ ਲਗਾਏ ਗਏ। ਦਰਅਸਲ ਪੰਜਾਬ ਚ 4 ਵਿਧਾਨ ਸਭਾ ਹਲਕਿਆਂ ਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਫਗਵਾੜਾ ਦੇ ਇਲਾਕਾ ਓਮਕਾਰ ਨਗਰ ਚ ਜ਼ਿਆਦਾਤਰ ਪ੍ਰਵਾਸੀ ਭਾਰਤੀ ਰਹਿੰਦੇ ਨੇ। ਇਸੇ ਦੇ ਚਲਦੇ ਉਮੀਦਵਾਰ ਵੱਲੋਂ ਭੋਜਪੁਰੀ ਗਾਇਕਾ ਖੁਸ਼ਬੂ ਤਿਵਾੜੀ ਨੂੰ ਬੁਲਾਇਆ ਗਿਆ ਅਤੇ ਖੁਸ਼ਬੂ ਨੇ ਸਟੇਜ ਤੋਂ ਠੁਮਕੇ ਲਗਾਉਂਦੇ ਹੋਏ ਭੋਜਪੁਰੀ ਭਾਸ਼ਾ ਚ ਕਾਂਗਰਸੀ ਉਮੀਦਵਾਰ ਦੇ ਹੱਕ ਚੋਣ ਪ੍ਰਚਾਰ ਕਰਦੇ ਹੋਏ ਵੋਟ ਮੰਗੇ। ਜਦੋਂ ਇਸ ਬਾਰੇ ਉੱਥੇ ਮੌਜੂਦ ਕੈਬਨਿਟ ਮੰਤਰੀ ਤੋਂ ਪੁੱਛਿਆ ਗਿਆ ਤਾਂ ਉਹ ਇਸ ਗੱਲ ਨੂੰ ਟਾਲਦੇ ਰਹੇ। ਅੰਮ੍ਰਿਤਸਰ ਹਾਈਵੇ ਉੱਪਰ ਪਿੰਡ ਕਾਲਵਾ ਕੋਲ ਹਾਦਸੇ ਵਿੱਚ ਕਾਰ ਸਵਾਰ ਭੂਆ ਭਤੀਜੇ ਦੀ ਮੌਕੇ ਉੱਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜ਼ਿਲ੍ਹਾ ਲੁਧਿਆਣਾ ਦੇ ਜੋਧੇਵਾਲ ਦੇ ਸਰਬਜੀਤ ਸਿੰਘ ਉਮਰ 24 ਸਾਲ ਅਤੇ ਗੁਰਦੀਪ ਕੌਰ ਉਮਰ 60 ਸਾਲ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਕਰਤਾਰਪੁਰ ਦੇ SHO ਰਾਜੀਵ ਕੁਮਾਰ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਆਪਣੀ ਸੈਂਟਰੋ ਕਾਰ ਤੋਂ ਅੰਮ੍ਰਿਤਸਰ ਜਾ ਰਹੇ ਸਨ। ਪਿੰਡ ਕਾਲਵਾ ਕੋਲ ਨੈਸ਼ਨਲ ਅਥਾਰਿਟੀ ਅਧੀਨ ਇੱਕ ਨਿੱਜੀ ਕੰਪਨੀ ਦਾ ਕੇਅਰਟੇਕਰ ਟੈਂਕਰ ਡਰਾਈਵਰ ਨਰਿੰਦਰ ਸਿੰਘ ਵਾਸੀ ਕਪੂਰਥਲਾ ਰੋਜ਼ਾਨਾ ਦੀ ਤਰ੍ਹਾਂ ਬੂਟਿਆਂ ਨੂੰ ਪਾਣੀ ਦੇ ਰਿਹਾ ਸੀ। ਉਸਨੇ ਟੈਂਕਰ ਤੋਂ 25 ਤੋਂ 30 ਫੁੱਟ ਦੂਰੀ ਉੱਤੇ ਰਿਫਲੈਕਟਰ ਆਨ ਕੀਤੇ ਸਨ। ਕਾਰ ਦੀ ਤੇਜ਼ ਰਫਤਾਰ ਹੋਣ ਕਾਰਨ ਰਿਫਲੈਕਟਰ ਦੇ ਕੋਨ ਗੱਡੀ ਵਿੱਚ ਫਸ ਗਏ। ਕਾਰ ਸਿੱਧੀ ਟੈਂਕਰ ਵਿੱਚ ਵੱਜੀ ਅਤੇ ਕਾਰ ਸਵਾਰਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟੈਂਕਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਲਾਸ਼ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤੀ ਹੈ। ਸਰ ਜਿਹੜਾ ਐਕਸੀਡੈਂਟ ਹੋਇਆ ਇਹਦੇ ਬਾਰੇ ਦੱਸੋ। ਸਰ ਮੈਂ ਥਾਣੇ ਵਿੱਚ ਆਪਣੇ ਫੋਨ ਆ ਕੇ ਐਕਸੀਡੈਂਟ ਹੋ ਗਿਆ। ਜਦੋਂ ਮੈਂ ਮੌਕੇ ਤੇ ਆ ਕੇ ਦੇਖਿਆ ਤੇ ਦੋਨਾਂ ਦੀ ਡੈਥ ਹੋ ਚੁੱਕੀ ਸੀਗੀ। ਲੁਧਿਆਣੇ ਦੀ ਫੈਮਿਲੀ ਹੈ ਇਹ ਹੈਗੇ ਆ 130 ਆ ਜਿਹਦੀ ਉਮਰ 68 ਸਾਲ ਦੀ ਹੈਗੀ ਹੈ। ਇੱਕ ਇਹਨਾਂ ਦਾ ਭਤੀਜਾ ਸੀ ਸਰਬਜੀਤ ਸਿੰਘ, ਉਹ ਲੁਧਿਆਣੇ ਤੋਂ ਸੀਗਾ। ਦੋਨਾਂ ਦੀ ਸਪੋਟ 'ਤੇ ਡੈਥ ਹੋ ਗਈ ਹੈ। ਕੈਟਰ ਇੱਥੇ ਪਾਣੀ ਲਗਾ ਰਹੇ ਸੀਗੇ ਇੱਥੇ ਤੇ ਉਹਨਾਂ ਜੋ ਪਿੱਛੋਂ ਗੱਡੀ ਆਈ ਆ ਉਹਦੇ ਨਾਲ ਉਹਦਾ ਐਕਸੀਡੈਂਟ ਹੋਣ ਕਰਕੇ ਇਹਨਾਂ ਦੋਨਾਂ ਦੇ ਮੌਕੇ 'ਤੇ ਡੈਥ ਹੋ ਗਈ ਹੈ। ਸਰ ਇਹ ਜਿਹੜਾ ਕੈਂਟਰ ਖੜਾ ਹੋਇਆ ਸਰਕਾਰੀ ਕੈਂਟਰ ਸੀਗਾ? ਇਹ ਹਾਈਵੇ ਵਾਲਿਆਂ ਦਾ ਕੈਂਟਰ ਹੈ। ਤੇ ਇੱਕ ਕਦੋਂ ਦਾ ਖੜਾ ਹੋਇਆ ਸੀਗਾ ਜੀ? ਯਾਰ ਖੜਾ ਪਾਣੀ ਲਗਾ ਰਿਹਾ ਸੀ ਨਾ। ਅੱਛਾ ਜੀ, ਹਾਂਜੀ ਹਾਂਜੀ। ਤੇ ਸਰ ਕੋਈ ਜਿੱਦਾਂ ਡਰਾਈਵਰ ਨੇ ਕੋਈ ਦੱਸਿਆ? ਡਰਾਈਵਰ ਮੌਕੇ ਤੋਂ ਭੱਜ ਗਿਆ ਨਰਿੰਦਰ ਸਿੰਘ, ਪਤਾ ਲੱਗ ਗਿਆ ਨਰਿੰਦਰ ਸਿੰਘ ਡਰਾਈਵਰ ਜਾਂ ਮੌਕੇ ਤੋਂ ਭੱਜ ਗਿਆ। ਠੀਕ ਹੈ, ਆਪਣੇ ਵੱਲੋਂ ਕੀ ਕਾਰਵਾਈ ਹੋਈ? ਉਹਨੇ ਕੇਸ ਰਜਿਸਟਰ ਕਰਕੇ ਡਰਾਈਵਰ ਫੜਕੇ ਜੋ ਕਾਰਵਾਈ ਬਣਦੀ। ਡੇਂਗੂ ਦੇ ਕਹਿਰ ਨੂੰ ਵੇਖਦੇ ਹੋਏ ਲੋਕ ਦਹਿਸ਼ਤ ਹਨ।
ਗੈਰ ਸਰਕਾਰੀ ਅੰਕੜਿਆਂ ਅਨੁਸਾਰ ਜ਼ਿਲ੍ਹੇ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ, ਜਦਕਿ 2 ਲੋਕਾਂ ਦੀ ਮੌਤ ਵੀ ਹੋ ਗਈ। ਅਕਤੂਬਰ ਦੇ ਆਖਿਰ ਤੱਕ ਡੇਂਗੂ ਦਾ ਡੰਗ ਇਸੇ ਤਰ੍ਹਾਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਰਹੇਗਾ। ਸਿਹਤ ਵਿਭਾਗ ਡੇਂਗੂ ਨੂੰ ਲੈ ਕੇ ਜਿੱਥੇ ਹੁਣ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ, ਉੱਥੇ ਸਰਕਾਰੀ ਹਸਪਤਾਲਾਂ ਵਿੱਚ ਰੋਗ ਦੇ ਇਲਾਜ ਸੰਬੰਧੀ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਜਾਣ ਲਈ ਮਜਬੂਰ ਹਨ। ਜਾਣਕਾਰੀ ਅਨੁਸਾਰ ਏਡੀ ਏਜੀ ਪੱਟੀ ਨਾਮਕ ਮੱਛਰ ਸਾਫ਼ ਪਾਣੀ 'ਚ ਲਾਰਵਾ ਪੈਦਾ ਕਰਦੇ ਹਨ। ਪਿਛਲੇ ਸਾਲ ਡੇਂਗੂ ਦੇ 700 ਮਰੀਜ਼ ਸਾਹਮਣੇ ਆਏ ਸਨ, ਜਦਕਿ 3 ਲੋਕਾਂ ਦੀ ਮੌਤ ਹੋਈ ਸੀ। ਇਸ ਵਾਰ ਗੈਰ ਸਰਕਾਰੀ ਅੰਕੜਿਆਂ ਅਨੁਸਾਰ ਮਰੀਜ਼ਾਂ ਦੀ ਗਿਣਤੀ 100 ਤੋਂ ਜ਼ਿਆਦਾ ਹੋ ਗਈ ਹੈ। ਉਧਰ ਡੇਂਗੂ ਦੀ ਦਹਿਸ਼ਤ 'ਚ ਆਏ ਲੋਕਾਂ ਦੀ ਮਜਬੂਰੀ ਦਾ ਜ਼ਿਲ੍ਹੇ ਦੀਆਂ ਕੁਝ ਪ੍ਰਾਈਵੇਟ ਲੈਬੋਰਟਰੀਆਂ ਖੂਬ ਫਾਇਦਾ ਉਠਾ ਰਹੀਆਂ ਨੇ। ਡੇਂਗੂ ਦੇ ਟੈਸਟ ਦੇ ਨਾਂ ਤੇ ਮਨਮਰਜ਼ੀ ਦੇ ਰੇਟ ਵਸੂਲੇ ਜਾ ਰਹੇ ਨੇ। ਸਿਹਤ ਵਿਭਾਗ ਇਸ ਸੰਬੰਧੀ ਜਾਣੂ ਹੁੰਦੇ ਹੋਏ ਵੀ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਨਕਾਣਾ ਸਾਹਿਬ ਜਾਣ ਵਾਲੇ ਦਿੱਲੀ ਦੇ ਸ਼ਰਧਾਲੂਆਂ ਦਾ ਪੂਰਾ ਖਰਚਾ ਚੁੱਕੇਗੀ। ਦਿੱਲੀ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਪੂਰਾ ਪ੍ਰਬੰਧ ਕਰੇਗੀ। ਕਰਤਾਰਪੁਰ ਜਾਣ ਲਈ ਆਨਲਾਈਨ ਅਪਲਾਈ ਕਰਨ ਤੋਂ ਲੈ ਕੇ 1600 ਰੁਪਏ ਦੀ ਫੀਸ ਵੀ ਦਿੱਲੀ ਸਰਕਾਰ ਦੇਵੇਗੀ। ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਡਿਜੀਟਲ ਮਿਊਜ਼ੀਅਮ ਐਂਡ ਦਿੱਲੀ ਹਾਰਟ ਚੰਦਪੁਰੀ ਵਿੱਚ ਬਣਾਇਆ ਜਾਵੇਗਾ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਸੰਗਤ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਵੇ। ਉਹਨਾਂ ਕਿਹਾ ਕਿ ਆਨਲਾਈਨ ਪ੍ਰਵਾਨਗੀ ਤੇ 1600 ਰੁਪਏ ਫੀਸ ਸੰਬੰਧੀ ਦਿੱਕਤ ਆ ਰਹੀ ਸੀ, ਪਰ ਇਹ ਜ਼ਿੰਮੇਵਾਰੀ ਹੁਣ ਦਿੱਲੀ ਸਰਕਾਰ ਨਿਭਾਏਗੀ। ਇਹੀ ਨਹੀਂ, ਕਰਤਾਰਪੁਰ ਸਾਹਿਬ ਜਾਣ ਲਈ ਬੱਸਾਂ ਤੇ ਰੇਲ ਸਫ਼ਰ ਦਾ ਪ੍ਰਬੰਧ ਵੀ ਦਿੱਲੀ ਸਰਕਾਰ ਕਰੇਗੀ। You are watching NC7 News. To give advertisement for flash ad, video ad and paid stories on this channel, contact us on 9855858559.